पंजाब दे विच आए दिन नवें तो नवं घटनावां सुनन नूं मिलदियां ने। पंजाब दे फिरोजपुर जिला दे कस्बे मुदकियां दे विच गोलीबारी की घटना सामने आई है, जिस च किसान अते उसका लड़का खेत विच काम कर रहे सन कि इन्ने विच ही कुछ कार दे विचों कार सवार उतर दिन अते उन्हां उत्ते गोलियां चलाउणियां शुरू कर दिंदे हन, जिस दे कारण किसान नूं गोली लगदी है अते मलकीत सिंह नाम का एक किसान जख्मी हो जाता है अते जख्मी नूं फिरोजपुर के सिविल हस्पताल दे विच दाखल करवाया जाता है। अते हुण इस मामले की पुलिस ने जाँच करनी भी शुरू कर दी है, जबकि पुलिस का कहना है कि ये पुरानी दुश्मनी का मामला है अते मामले की जाँच की जा रही है। की कहना है पीड़िता अते पुलिस का, तुसी भी देखो ये वीडियो। ਕੀ ਮਾਮਲਾ ਜੀ? ਕੀ ਮਾਮਲਾ ਜੀ? ਮਾਮਲਾ ਤਾਂ ਕੀ ਰਹੇ ਪੁਰਾਣੀ ਕੋਈ ਰੰਗੇ ਸ਼ਾਇਦ ਕਣਕ ਬੀਜ ਰਹੇ ਸੀਗੇ ਜਦੋਂ ਸਾਡੇ ਸਾਹਮਣੇ ਆਇਆ ਅਤੇ ਕਣਕ ਚੱਕ ਕੇ ਬੰਦੇ ਆਣ ਕੇ ਗੋਲੀਆਂ ਚਲਾ ਦਿੱਤੀਆਂ। ਕਿਸੇ ਗੋਲੀ ਲੱਗੀ? ਗੋਲੀ ਇੱਕ ਲੱਗੀ ਆਪਣੇ ਮਲਕੀਤ ਸਿੰਘ ਦੇ ਬੂਟੇ 'ਚ ਲੱਗੀ ਗੋਲੀ ਅਤੇ ਬੰਦੇ ਮੌਕੇ ਤੋਂ ਭੱਜ ਗਏ। ਕੀ ਕਾਰਵਾਈ ਕਰ ਰਹੇ? ਕਾਰਵਾਈ ਬੱਚਾ ਦਰਜ ਕਰਕੇ ਫੜ ਲਿਆ। ਕੀ ਨਾਮ ਤੁਹਾਡਾ ਜੀ? ਤੁਹਾਡੇ ਨਾਲ ਕੀ ਗੱਲ ਹੋਈ? ਮੇਰਾ ਨਾਮ ਰਾਜਵੀਰ ਸਿੰਘ ਹੈ ਅਤੇ ਸਾਨੂੰ ਮਲਕੀਤ ਹੈ। ਅਸੀਂ ਆਪਣੇ ਖੇਤ ਕਣਕ ਬੀਜ ਰਹੇ ਸੀਗੇ ਦੋਵੇਂ, ਅਤੇ ਉੱਧਰੋਂ ਆਈ 20 ਗੱਡੀ 'ਤੇ ਚਾਰ ਜਣੇ ਆਏ, ਇੱਕ ਗੱਡੀ ਦੇ ਵਿੱਚ ਬੈਠੇ, 3 ਉੱਤਰੇ ਸੀਗੇ ਅਤੇ 2 ਦੇ ਕੋਲ ਰਿਵੋਲਵਰ ਸੀਗਾ, 1 ਕੋਲ ਬੇਸਬਾਲ ਸੀਗਾ ਅਤੇ ਬੇਸਬਾਲ ਵਾਲਾ ਬੰਦਾ ਤਾਂ ਉੱਥੇ ਸਾਡੇ ਗੱਡੀ ਕੋਲ ਹੀ ਖੜ੍ਹਾ ਰਿਹਾ ਸੀਗਾ ਅਤੇ 2 ਜਣੇ ਆ ਕੇ ਸਾਡੇ ਫਾਇਰਿੰਗ ਕਰ ਲਈ। ਕਿੰਨੇ ਲੱਗੀ ਖੜ੍ਹ? ਮੇਰੇ ਪਾਪਾ ਦੇ ਮਰਦੇ। ਅਤੇ ਹੁਣ ਤੁਸੀਂ ਕਿੱਥੇ ਆਏ? ਕਿਹੜੇ ਪਿੰਡ ਹੋਏ? ਕੀ ਨਾਂ ਤੁਹਾਡਾ? ਮੇਰਾ ਰਾਜਵੀਰ। ਕੀ ਨਾਂ ਜੀ ਤੁਹਾਡਾ? ਸੁਖਮੰਦਰ ਸਿੰਘ ਹੈ ਜੀ। ਕਿਹੜੇ ਪਿੰਡ ਤੋਂ ਆਏ ਜੀ? ਮੋਸਕੀ ਤੋਂ। ਮੋਸਕੀ ਤੋਂ। ਕੀ ਮਾਮਲਾ? ਮਾਮਲਾ ਜੀ ਸਾਡੇ ਕਣਕ ਬੀਜਦੇ ਸੀਗੇ, ਕਾਂਗਰਾ ਕੋਈ ਨਹੀਂ ਆਇਆ ਨਾ, ਕਿੰਨੇ ਜਣੇ ਆਏ ਘਰ ਦੇ ਆ ਕੇ ਉਹਨਾਂ ਮਗਰ ਖੜ੍ਹਾ ਸੀਗੇ ਸਾਫ ਕੀਤੀਗਾ ਜੀ, ਆ ਕੇ ਇਹਨਾਂ ਨੇ ਉਹਨਾਂ ਨੇ ਕਣਕ ਬੀਜਿਆਂ 'ਤੇ ਆ ਕੇ ਫਾਇਰਿੰਗ ਕਰਤੀ ਜੋ ਉਹਦਾ ਭੱਜ ਗਿਆ ਅਤੇ ਉਹਦੇ ਬਾਹਰੋਂ ਬ੍ਰਾਂਚ ਦੇ। ਕੀ ਨਾਂ ਤੁਹਾਡਾ? ਮੇਰਾ ਨਾਮ ਸੁਖਮੰਦਰ। ਤੁਹਾਡੇ ਕੀ ਲੱਗਦੇ? ਸੋ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਮਾਮਲਾ ਸੁਣਨ ਦੇ ਵਿੱਚ ਆ ਰਿਹਾ, ਜਿਸ ਦੇ ਕਾਰਨ ਕੁਝ ਵਿਅਕਤੀਆਂ ਵੱਲੋਂ ਇਹਨਾਂ 'ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਮਲਕੀਤ ਸਿੰਘ ਅਤੇ ਉਸਦਾ ਪੁੱਤਰ ਜ਼ਖਮੀ ਹੋ ਜਾਂਦੇ ਨੇ। ਪੁਲਿਸ ਇਸ ਮਾਮਲੇ ਵਿੱਚ ਜੁਟੀ ਹੋਈ ਹੈ। ਜੇਕਰ ਇਸ ਮਾਮਲੇ ਦੇ ਬਾਬਤ ਕੋਈ ਹੋਰ ਖਬਰ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ।